ਮੈਡਮ ਕਲੀਅਰ ਮੈਡਮ ਜੇ ਲੜਨੀ ਹੁੰਦੀ ਉਦੋਂ ਹੀ ਲੜ ਲੈਂਦਾ ਮੈਂ ਮੈਡਮ ਤਾਂ ਅੱਜ ਤਿੰਨ ਵਾਰ ਦਾ ਮੰਤਰੀ ਹੁੰਦਾ ਮੈਡਮ ਉਹ ਜਵਾਬ ਉਹੀ ਦੇ ਸਕਦਾ ਜਦ ਪੰਜਾਬ ਦਾ ਵਰਤਾਂਤ ਭਟਕਾਇਆ ਜਾਂਦਾ ਝੂਠ ਨੂੰ ਮਾਰਕੀਟ ਕੀਤਾ ਜਾਂਦਾ ਪੈਕੇਜ ਕਰਕੇ ਕਾਂਗਰਸ ਦੀ ਸਥਿਤੀ ਦੇਖੋ ਕਾਂਗਰਸ ਦੀ ਸਥਿਤੀ ਤੁਸੀਂ ਕੰਪੇਅਰ ਕਰ ਲਓ ਆਮ ਆਦਮੀ ਪਾਰਟੀ ਨਾਲ ਸਾਰੇ ਦੇਸ਼ ਚ ਕਾਂਗਰਸ ਨੂੰ 10 ਲੱਖ ਵੋਟਾਂ ਵੱਧ ਪਈਆਂ ਤੁਸੀਂ ਹਾਇਰ ਕਰਨੇ ਸੀ 5,900 ਉਹਨਾਂ ਦੇ ਉੱਤੇ ਕੋਰਟ ਨੇ ਪਾਬੰਦੀ ਲਾ ਤੀ ਉਹ ਕਹਿੰਦੇ ਸਾਡੀ ਰੋਜ਼ੀ ਰੋਟੀ ਗਈ ਅਸੀਂ ਜਾਈਏ ਤੇ ਜਾਈਏ ਕਿੱਥੇ ਜਿੰਨੇ ਗੌਰਮੈਂਟ ਇੰਪਲੋਈ ਨੇ ਜਿਹੜੇ ਮਾਨ ਸਾਹਿਬ ਤੇ ਫੁੱਲ ਸਿੱਟਦੇ ਹੁੰਦੇ ਸੀ ਜਿੱਦਣੇ ਨੇ ਮੈਂ ਕਿੰਨੀਆਂ ਸਾਲਾਂ ਦਾ ਕਹੀ ਜਾਂਦਾ 1.5-2 ਸਾਲਾਂ ਦੇ ਵੀ ਭਗੌੜਾ ਹੈ ਅੱਜ ਵੀ ਭਗੌੜਾ ਹੈ ਇਹਨਾਂ ਸਵਾਲਾਂ ਦਾ ਨਹੀਂ ਦੇਣਾ ਕਲੀਅਰ ਜੇ ਲੜਨੀ ਹੁੰਦੀ ਉਦੋਂ ਹੀ ਲੜ ਲੈਂਦਾ ਮੈਂ ਮੈਡਮ ਉਹ ਜਵਾਬ ਉਹੀ ਦੇ ਸਕਦਾ ਜਦ ਪੰਜਾਬ ਦਾ ਵਰਤਾਂਤ ਭਟਕਾਇਆ ਜਾਂਦਾ ਝੂਠ ਨੂੰ ਮਾਰਕੀਟ ਕੀਤਾ ਜਾਂਦਾ ਪੈਕੇਜ ਕਰਕੇ ਕਾਂਗਰਸ ਦੀ ਸਥਿਤੀ ਦੇਖੋ ਕਾਂਗਰਸ ਦੀ ਸਥਿਤੀ ਤੁਸੀਂ ਕੰਪੇਅਰ ਕਰ ਲਓ ਆਮ ਆਦਮੀ ਪਾਰਟੀ ਨਾਲ ਸਾਰੇ ਦੇਸ਼ ਚ ਕਾਂਗਰਸ ਨੂੰ 10 ਲੱਖ ਵੋਟਾਂ ਵੱਧ ਪਈਆਂ ਤੁਸੀਂ ਹਾਇਰ ਕਰਨੇ ਸੀ 5,900 ਉਹਨਾਂ ਦੇ ਉੱਤੇ ਕੋਰਟ ਨੇ ਪਾਬੰਦੀ ਲਾ ਤੀ ਉਹ ਕਹਿੰਦੇ ਸਾਡੀ ਰੋਜ਼ੀ ਰੋਟੀ ਗਈ ਅਸੀਂ ਜਾਈਏ ਤੇ ਜਾਈਏ ਕਿੱਥੇ ਜਿੰਨੇ ਗੌਰਮੈਂਟ ਇੰਪਲੋਈ ਨੇ ਜਿਹੜੇ ਮਾਨ ਸਾਹਿਬ ਤੇ ਫੁੱਲ ਸਿੱਟਦੇ ਹੁੰਦੇ ਸੀ ਜਿੱਦਣੇ ਨੇ ਮੈਂ ਕਿੰਨੀਆਂ ਸਾਲਾਂ ਦਾ ਕਹੀ ਜਾਂਦਾ 1.5-2 ਸਾਲਾਂ ਦੇ ਵੀ ਭਗੌੜਾ ਹੈ ਅੱਜ ਵੀ ਭਗੌੜਾ ਹੈ ਇਹਨਾਂ ਸਵਾਲਾਂ ਦਾ ਨਹੀਂ ਦੇਣਾ ਕਲੀਅਰ ਜੇ ਲੜਨੀ ਹੁੰਦੀ ਉਦੋਂ ਹੀ ਲੜ ਲੈਂਦਾ ਮੈਂ ਮੈਡਮ ਉਹ ਜਵਾਬ ਉਹੀ ਦੇ ਸਕਦਾ ਜਦ ਪੰਜਾਬ ਦਾ ਵਰਤਾਂਤ ਭਟਕਾਇਆ ਜਾਂਦਾ ਝੂਠ ਨੂੰ ਮਾਰਕੀਟ ਕੀਤਾ ਜਾਂਦਾ ਪੈਕੇਜ ਕਰਕੇ ਕਾਂਗਰਸ ਦੀ ਸਥਿਤੀ ਦੇਖੋ ਕਾਂਗਰਸ ਦੀ ਸਥਿਤੀ ਤੁਸੀਂ ਕੰਪੇਅਰ ਕਰ ਲਓ ਆਮ ਆਦਮੀ ਪਾਰਟੀ ਨਾਲ ਸਾਰੇ ਦੇਸ਼ ਚ ਕਾਂਗਰਸ ਨੂੰ 10 ਲੱਖ ਵੋਟਾਂ ਵੱਧ ਪਈਆਂ ਤੁਸੀਂ ਹਾਇਰ ਕਰਨੇ ਸੀ 5,900 ਉਹਨਾਂ ਦੇ ਉੱਤੇ ਕੋਰਟ ਨੇ ਪਾਬੰਦੀ ਲਾ ਤੀ ਉਹ ਕਹਿੰਦੇ ਸਾਡੀ ਰੋਜ਼ੀ ਰੋਟੀ ਗਈ ਅਸੀਂ ਜਾਈਏ ਤੇ ਜਾਈਏ ਕਿੱਥੇ ਜਿੰਨੇ ਗੌਰਮੈਂਟ ਇੰਪਲੋਈ ਨੇ ਜਿਹੜੇ ਮਾਨ ਸਾਹਿਬ ਤੇ ਫੁੱਲ ਸਿੱਟਦੇ ਹੁੰਦੇ ਸੀ ਜਿੱਦਣੇ ਨੇ ਮੈਂ ਕਿੰਨੀਆਂ ਸਾਲਾਂ ਦਾ ਕਹੀ ਜਾਂਦਾ 1.5-2 ਸਾਲਾਂ ਦੇ ਵੀ ਭਗੌੜਾ ਹੈ ਅੱਜ ਵੀ ਭਗੌੜਾ ਹੈ ਇਹਨਾਂ ਸਵਾਲਾਂ ਦਾ ਨਹੀਂ ਦੇਣਾ ਕਲੀਅਰ ਜੇ ਲੜਨੀ ਹੁੰਦੀ ਉਦੋਂ ਹੀ ਲੜ ਲੈਂਦਾ ਮੈਂ ਮੈਡਮ ਉਹ ਜਵਾਬ ਉਹੀ ਦੇ ਸਕਦਾ ਜਦ ਪੰਜਾਬ ਦਾ ਵਰਤਾਂਤ ਭਟਕਾਇਆ ਜਾਂਦਾ ਝੂਠ ਨੂੰ ਮਾਰਕੀਟ ਕੀਤਾ ਜਾਂਦਾ ਪੈਕੇਜ ਕਰਕੇ ਕਾਂਗਰਸ ਦੀ ਸਥਿਤੀ ਦੇਖੋ ਕਾਂਗਰਸ ਦੀ ਸਥਿਤੀ ਤੁਸੀਂ ਕੰਪੇਅਰ ਕਰ ਲਓ ਆਮ ਆਦਮੀ ਪਾਰਟੀ ਨਾਲ ਸਾਰੇ ਦੇਸ਼ ਚ ਕਾਂਗਰਸ ਨੂੰ 10 ਲੱਖ ਵੋਟਾਂ ਵੱਧ ਪਈਆਂ ਤੁਸੀਂ ਹਾਇਰ ਕਰਨੇ ਸੀ 5,900 ਉਹਨਾਂ ਦੇ ਉੱਤੇ ਕੋਰਟ ਨੇ ਪਾਬੰਦੀ ਲਾ ਤੀ ਉਹ ਕਹਿੰਦੇ ਸਾਡੀ ਰੋਜ਼ੀ ਰੋਟੀ ਗਈ ਅਸੀਂ ਜਾਈਏ ਤੇ ਜਾਈਏ ਕਿੱਥੇ ਜਿੰਨੇ ਗੌਰਮੈਂਟ ਇੰਪਲੋਈ ਨੇ ਜਿਹੜੇ ਮਾਨ ਸਾਹਿਬ ਤੇ ਫੁੱਲ ਸਿੱਟਦੇ ਹੁੰਦੇ ਸੀ ਜਿੱਦਣੇ ਨੇ ਮੈਂ ਕਿੰਨੀਆਂ ਸਾਲਾਂ ਦਾ ਕਹੀ ਜਾਂਦਾ 1.5-2 ਸਾਲਾਂ ਦੇ ਵੀ ਭਗੌੜਾ ਹੈ ਅੱਜ ਵੀ ਭਗੌੜਾ ਹੈ ਇਹਨਾਂ ਸਵਾਲਾਂ ਦਾ ਨਹੀਂ ਦੇਣਾ